ਰੱਖਿਆ ਖੋਜ ਤੇ ਵਿਕਾਸ ਸੰਗਠਨ ਡੀਆਰਡੀਓ ਨੇ ਉੜੀਸ਼ਾ ਵਿੱਚ ਭਾਰਤੀ ਹਵਾਈ ਫੌਜ ਦੇ SU-30MKI ਪਲੇਟਫਾਰਮ ਤੋਂ ਹਵਾ ਤੋਂ ਸਤਾ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਰੁਦਰਮ 2 ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਰੱਖਿਆ ਮੰਤਰਾਲੇ ਨੇ ਬਿਆਨ ਜਾਰੀ ਕਰਦਿਆ ਇਸ ਪ੍ਰੀਖਣ ਉਡਾਨ ਦੇ ਸਾਰੇ ਮਿਆਰਾਂ ਨੂੰ ਪਾਰ ਕਰ ਲਿਆ ਏ। ਸਵਦੇਸ਼ੀ ਤੌਰ ਤੇ ਵਿਕਸਿਤ ਕੀਤੀ ਗਈ ਇਹ ਮਿਜ਼ਾਈਲ ਅਤ ਆਧੁਨਿਕ ਤਕਨੀਕਾਂ ਨਾਲ ਲੈਸ ਏ ਜਿਨ੍ਹਾਂ ਨੂੰ ਡੀਆਰਡੀਓ ਦੀਆਂ ਵੱਖ-ਵੱਖ ਲੈਬਾਂ ਵਿੱਚ ਵਿਕਸਿਤ ਕੀਤਾ ਗਿਆ ਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੁਦਰਮ-2 ਦੀ ਸਫਲਤਾ ਲਈ ਡੀਆਰਡੀਓ, ਹਵਾਈ ਫੌਜ ਤੇ ਸੰਬੰਧਤ ਸਨਤੀ ਅਦਾਰਿਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਸ ਪ੍ਰੀਖਣ ਨੇ ਹਥਿਆਰਬੰਦ ਬਲੰਦੀ ਤਾਕਤ ਨੂੰ ਹੋਰ ਵਧਾਇਆ ਹੈ। ਡੀਆਰਡੀਓ ਦੇ ਚੇਅਰਮੈਨ ਡਾਕਟਰ ਸਮੀਰ ਵੀ ਕਾਮਤ ਨੇ ਸਮੁੱਚੀ ਟੀਮ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।